ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ। ਵੈਲਕਮ ਟੂ ਮਾਈ ਯੂਟਿਊਬ। ਸੋ ਅੱਜ ਆਪਾਂ ਕੈਨੇਡਾ ਵੰਡਰਲੈਂਡ ਚੱਲੇ ਹਾਂ ਅਤੇ ਲਾਸਟ ਟਾਈਮ ਇੱਕ ਵਲੌਗ ਪਾਇਆ ਸੀ ਆਬੂ ਧਾਬੀ ਫਰਾਰੀ ਵਰਲਡ ਦਾ ਵਾਟਰ ਪਾਰਕ ਦਾ। ਸੋ ਇਸ ਵਾਰ ਵਲੌਗ ਪਾ ਰਹੇ ਹਾਂ ਕੈਨੇਡਾ ਵੰਡਰਲੈਂਡ ਦਾ। ਬੜਿਆਂ ਨੇ ਦੇਖਿਆ ਹੋਊਗਾ, ਜਿਹਨੇ ਨਹੀਂ ਦੇਖਿਆ ਇੰਡੀਆ ਜੋ ਬੈਠੇ ਨੇ। ਸੋ ਆ ਜਾਓ, ਤੁਹਾਨੂੰ ਦਿਖਾਉਂਦੇ ਹਾਂ ਇੱਥੇ ਦਾ ਵੰਡਰਲੈਂਡ ਕਿਵੇਂ ਹੈ ਅਤੇ ਪੂਰੀ ਫੈਮਿਲੀ ਚੱਲੀ ਹੈ, ਇੰਜੋਏ ਕਰਾਂਗੇ ਬਹੁਤ ਸਾਰਾ। ਆ ਜਾਓ। ਸੋ ਹਾਂਜੀ, ਆਪਾਂ ਪਹੁੰਚ ਗਏ ਹਾਂ ਵੰਡਰਲੈਂਡ ਅਤੇ ਬੜੇ ਟਾਈਮ ਤੋਂ ਕੋਈ ਵਲੌਗ ਪਾਇਆ ਨਹੀਂ ਸੀ, ਸੋਸ਼ਲ ਮੀਡੀਆ ਬ੍ਰੇਕ ਲਈ ਹੋਈ ਸੀ। ਸੋ ਨਾਓ ਬੈਕ ਟੂ ਟਰੈਕ ਅਤੇ ਵਲੌਗ ਦੇਖਦੇ ਰਹੋ ਅਤੇ ਇਨਫੋਰਮੇਸ਼ਨ ਵੀਡੀਓਸ ਵੀ ਦੇਖਦੇ ਰਹੋ। ਅੱਛਾ, ਵਲੌਗ ਦੇ ਲਈ ਕੁਝ ਬੋਲਦਾ ਨੇ? ਵੰਡਰਲੈਂਡ ਆ ਗਿਆ ਅਸੀਂ, ਇਹ ਮਾਈ ਸਿਸਟਰ ਮਾਈ ਭਾਣਜਾ ਅਤੇ ਆ ਜਾਓ ਵੀ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਰਾਈਡਾਂ ਰੂਈਡਾਂ ਸੀ। ਹੈ ਆ ਜਾਓ। ਸੋ ਹਾਂਜੀ, ਇਹ ਸਾਡੀ ਸੀ ਪਹਿਲੀ ਰਾਈਡ, ਬੜੀ ਈਜ਼ੀ ਜੀ ਰਾਈਡ ਸੀ, ਅਸੀਂ ਕਿਹਾ ਵਾਰਮ ਅਪ ਕਰ ਲਈਏ। ਸੋ ਸਭ ਤੋਂ ਪਹਿਲਾਂ ਸੀ ਈਜ਼ੀ ਰਾਈਡ ਲਈ, ਸੋ ਸੌਖੀ ਜੀ ਸੀ ਅਤੇ ਵਾਰਮ ਅਪ ਵਧੀਆ ਹੋ ਗਿਆ ਇਹਦੇ ਨਾਲ। ਪਹਿਲੀ ਰਾਈਡ ਅਸੀਂ ਲੈਣ ਲੱਗਿਆ ਜੀ ਈਜ਼ੀ ਵਾਰਮ ਅਪ ਦੇ ਲਈ। ਰੋਬਿਨ ਰੋਬਿਨ ਹਾਂਜੀ, ਕਿੱਥੇ ਆ ਗਏ? ਹੈਵੀ ਤੁਸੀਂ ਝੂਟੇ ਲੈਣੇ? ਝੂਲੇ ਲੈਣੇ? ਚੱਲਦੇ ਲਓ ਜੀ, ਸਵਾਦ ਆ ਰਿਹਾ ਨਿਆਣੇ। ਹਾਂਜੀ, ਕਿਵੇਂ ਰਹੇ ਵਾਟਰ ਪਾਰਕ? ਰੋਲਰ ਕੋਸਟਰ ਤੇ ਜਾਣਾ ਤੇ ਮਾਹੌਲ ਬਹੁਤ ਵਧੀਆ ਇੱਥੇ ਅਤੇ ਰੌਣਕਾਂ ਲੱਗੀਆਂ ਹੋਈਆਂ ਜੀ। ਸਮਰ ਲਾਈਕ ਕੈਨੇਡਾ 'ਚ ਬੈਸਟ ਹੈ ਆਈ ਥਿੰਕ, ਕਿਉਂਕਿ ਇੱਥੇ ਵੈਦਰ ਬੜਾ ਵਧੀਆ ਹੁੰਦਾ ਹੈ। ਦੱਸੋ ਫਿਰ ਕਿਵੇਂ ਰਿਹਾ ਰੋਬਿਨ ਐਂਡ ਸਨਵੀਰ? ਸਨਵੀਰ ਸੀ ਤੇਰਾ ਨਾਮ? ਸੈਮਵੀਰ? ਸਮਰਵੀਰ? ਚੱਲ ਸਮਰ 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 ਐਂਡ ਰੋਬਿਨ। ਸੋ ਹੁਣ ਤੱਕ ਕਿੱਦਾਂ ਦਾ ਲੱਗਿਆ? ਇੰਜੋਏ ਕੀਤਾ? ਬਹੁਤ ਵਧੀਆ ਸੀ। ਅੱਜ ਆਪਾਂ ਨੇ ਸਾਰੀ ਰਾਈਡਸ ਵੀ ਜਾਣਾ ਹੈ। ਹਲ ਤਾਂ ਮੇਨ ਰਾਈਡਸ ਨਹੀਂ ਨੇ ਉਹ ਵਾਲੀ। ਹਲ ਤਾਂ ਜਸ ਵਾਟਰ ਪਾਰਕ ਇੰਜੋਏ ਕੀਤਾ। ਹਾਂ, ਵਾਟਰ ਪਾਰਕ ਵਧੀਆ ਸੀ, ਬਹੁਤ ਵਧੀਆ ਸੀ। ਆਪਾਂ ਨੇ ਰੇਸ ਵੀ ਕੀਤੀ। ਕਾ ਸਾਡੀ ਚਿੜੀ ਚੀਰੀ ਹਾਏ ਹਾਏ ਮਿੱਠੀ ਦੇ ਦੋ ਪਾਣੀ ਮੰਮੀ ਨੂੰ, ਪਾਣੀ ਨਹੀਂ ਕਰਨੀਆਂ, ਮਿੱਠੀ ਨਹੀਂ ਦੇਣੀ, ਪਿੱਛੇ ਨਹੀਂ ਦੇਣੀ। ਡਰ ਲੱਗ ਰਿਹਾ? ਡਰ ਲੱਗਦਾ? ਸਤਿ ਸ਼੍ਰੀ ਅਕਾਲ ਮੈਡਮ ਜੀ।
ਅਕਾਲ ਦੋਰੇ ਹੀ ਦੋਰੇ सो हाँ जी ये यकून स्ट्राइकर ये बहुत ही घेंट राइड सी। सो एन पूरे फ्रंट सीट पर मैं इतने बैठा सी तो फ्रंट सीट पर बैठ के मतलब बड़ा घेंट एक्सपीरियंस सी। इतने तो एकदम ही 90 डिग्री तो लगता से भी गिर जाएंगे तो घेंट सी बहुत वधिया एक्सपीरियंस सी। ਕਿਵੇਂ ਰਹੀ ਰਾਈਡ? ਵਧੀਆ। ਮੇਰਾ ਸਿਰ ਥੱਲੇ ਨੂੰ ਟੱਕੀ ਗਈ। ਕਿੱਦਾਂ ਲੱਗਿਆ ਤੁਹਾਨੂੰ? ਵਧੀਆ। ਚੀਕਾਂ ਮਾਰ ਕੇ ਓਏ 90 ਡਿਗਰੀ ਤੇ ਜਾ ਕੇ ਉਹ ਨਾ 90 ਡਿਗਰੀ ਕੀ ਚੱਲਦਾ ਉਈਓ ਮਾਰਨਾ ਪਹਿਲਾ ਬੰਦੇ ਨੂੰ ਜੇ ਕੋਈ ਮੋਟੇ ਬੰਦੇ ਬੈਠੇ ਹੋਣ ਬੱਚੇ ਹੋ ਗਿਰ ਜਾਣ। ਆਮੂ तक का एक्सपीरियंस बड़ा वधिया रहा जी। बड़िया स्केरी राइडा असं सारे ने लिया ने। एक हम नवी लेन चले श्रीकाल सो नाउ इट्स टाइम फॉर नेक्स्ट राइड। हाँ जी सत्या नेक्स्ट राइड लेने जा रहे हैं। तक कि लग रहा वेरी गुड एक्सपीरियंस है जाने वधिया। इतने एक चीज मैं देखी अपने पंजाबी बड़े घट ने बेचारे आते इतने ज्यादा होर कम्यूनिटी के लोग ज्यादा वो ज्यादा इंजॉय ज्यादा फन करते हैं। थोड़ा पता ही अपने वाले कामा कार पैसा बचाने सेव कर लगे रहते हैं। समर गुड है घूम फिर आना चाहिए तो आप घूम फिरने आए हैं। लोगों को यकीन नहीं आता भी हाँ भी घूम फिर कैनेडा किमें कोई आ सकता भाई असं आ सकते हैं। 4 महीने तो आप इतने हैं तो बिना काम करे अपन फॉरएवर 85-64 उसके सिर पर आप नज़ारे ले रहे हैं। तो बस एक मंथ रह गया जी तो समर वेरी गुड है घूमो फिरो। कंट्री माड़ी नहीं है कंट्री बड़ी वधिया है। प्रॉब्लम यह है भी इतने पैसा बहुत चाहिए लाइफ जीण के लिए ज़्यादा पैसा चाहिए। जिन्ने का अपने आते बनते हैं उन्ने खर्चे बहुत ने हर एक चीज़ एक्सपेंसिव है। सो बाकी गल्ला छड्डो इंजॉय हो रहा नज़ारे आ रहे हैं। और की? और की? भाई ये किमें सी रॉबिन? अरे बहुत बढ़िया सी मेरे कान तोड़ते पर सारे ने साडे ने कान तोड़ते ने ए पुरानी भी आ नहीं तो है पर इन्हें साढ़े कान दुखन लाते यार टाइट बहुत सी पर वधिया सी। सो हाँ जी ओवरऑल इतने बड़ी घेंट वाइब सी बहुत ही अलग ही माहौल जहा बनया हुआ सी। लवाथल सी ये सब तो वड्डी राइड सी जिहड़ी असी एंड च लई ते डायनासोर जे तुसीं तुसीं अंदाजा लगा लो ये ड्रैगन तो भी किन्नी कु मुश्किल राइड होगी। सो उस तो भी वड्डी राइड सी ये जकून तो भी। सो इन्हां दा रिएक्शन सुनते हैं गल्लां सुनते हैं इन्हां दी इत्थे ਗੋਰਿਆਂ ਨਾਲ ਪੀਚਾ ਪੈ ਗਿਆ ਕਹਿੰਦੇ ਪਹਿਲੀਆਂ ਨਾਲਿਆਂ ਦਾ ਸਕੇਅਰ ਥੋੜਾ ਕਿ ਹੀ ਸਕੇਅਰ ਹਾਂ ਯੂ ਆਰ ਸਕੇਅਰ ਨੋ ਨਾਟ ਐਟ ਆਲ ਆਈ ਸੌ ਨੋ ਬੋਲ हौसले बढ़ चुके सी तां सानूं इन्ना डर नहीं लग्या पर बहुत स्केरी सी पर ये बंदा बहुत डरिया। लो जी नैक्सट वाले नूं तुर पे चोपर
ਬਲੌਗ ਚ ਦਿਖੂਗਾ ਤੁਹਾਨੂੰ ਕਹਿੰਦੇ ਹਨਾ।